ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਅੱਜ ਆਪਾਂ ਸਟਾਰਟ ਕਰਦੇ ਹਾਂ ਇੱਕ ਗੀਤ ਦੀਆਂ ਕੁਛ ਸਤਰਾਂ ਤੋਂ। ਕਾਲਾ ਸ਼ਾ ਕਾਲਾ ਮੇਰਾ ਕਾਲਾ ਏ ਸਰਦਾਰ, ਗੋਰਿਆਂ ਨੂੰ ਦਫਾ ਕਰੋ ਜੀ। ਗੱਲ ਕਰ ਰਹੇ ਹਾਂ ਕਾਲਾ ਸ਼ਾ ਕਾਲਾ ਫਿਲਮ ਦੀ, ਜਿਸ ਦੀ ਅੱਜ ਫਸਟ ਲੁੱਕ ਰਿਵੀਲ ਹੋਈ ਹੈ। ਕਾਲਾ ਸ਼ਾ ਕਾਲਾ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੂਗੀ। ਜੀ ਸਟੂਡੀਓ ਅਤੇ ਨੌਟੀ ਮੈਨ ਪ੍ਰੋਡਕਸ਼ਨ, ਇਨਫੈਂਟਰੀ ਪਿਕਚਰ ਅਤੇ ਡ੍ਰੀਮ ਅਤਿਆ ਐਂਟਰਟੇਨਮੈਂਟ ਪ੍ਰੋਡਕਸ਼ਨ ਹਾਊਸ ਦੀ ਪੇਸ਼ਕਸ਼ ਫਿਲਮ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਫਿਲਮ ਦੀ ਫਸਟ ਲੁੱਕ ਹੀ ਆਪਣੇ ਆਪ ਦੇ ਵਿੱਚ ਇੱਕ ਅਦਭੁਤ ਜਾਂ ਕਹਿ ਸਕਦੇ ਹਾਂ ਆਪਾਂ ਅਲੱਗ ਦੀ ਹੈ। ਬੀਨੂ ਢਿੱਲੋਂ ਜੀ ਇਸ ਤੋਂ ਪਹਿਲਾਂ ਵੀ ਅਲੱਗ ਅਲੱਗ ਸ਼ੇਡਸ ਦੇ ਕਿਰਦਾਰ ਨਾਲ ਤੁਹਾਨੂੰ ਸਭ ਦਾ ਮਨੋਰੰਜਨ ਕਰ ਚੁੱਕੇ ਨੇ। ਦੇਖਦੇ ਹਾਂ ਇਸ ਫਿਲਮ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਆਪਣਾ ਕਰੈਕਟਰ ਗੈਟਅਪ ਲੈ ਕੇ ਆ ਰਹੇ ਨੇ, ਕਿਸ ਤਰ੍ਹਾਂ ਦਾ ਜੈਸਚਰ ਪੇਸ਼ ਕਰ ਰਹੇ ਨੇ। ਉਮੀਦ ਹੈ ਜਿਸ ਢੰਗ ਨਾਲ ਬੀਨੂ ਢਿੱਲੋਂ ਜੀ ਨੇ ਪਹਿਲਾਂ ਫਿਲਮਾਂ ਦੇ ਵਿੱਚ ਆਪਣਾ ਮਨੋਰੰਜਨ ਕੀਤਾ ਹੈ, ਇਸ ਫਿਲਮ ਰਾਹੀਂ ਵੀ ਉਹ ਆਪਣਾ ਢੇਰ ਸਾਰਾ ਮਨੋਰੰਜਨ ਕਰਨਗੇ। ਕਾਲਾ ਸ਼ਾਹ ਕਾਲਾ ਟਾਈਟਲ ਜਿਵੇਂ ਆਪਣੇ ਆਪ 'ਚ ਰੀਪ੍ਰਜੈਂਟ ਕਰ ਰਿਹਾ ਹੈਗਾ, ਬੀਨੂ ਢਿੱਲੋਂ ਜੀ ਦਾ ਮੂੰਹ ਇਸ ਦੇ ਵਿੱਚ ਕਾਲਾ ਜਿਸ ਨੂੰ ਆਪਾਂ ਸ਼ਾਹ ਕਾਲਾ ਕਹਿੰਦੇ ਹਾਂ ਉਹ ਕਰਿਆ ਹੋਇਆ ਗਾ, ਅਤੇ ਉਹ ਇਸ ਦੇ ਵਿੱਚ ਭੱਜਦੇ ਹੋਏ ਨਜ਼ਰ ਆ ਰਹੇ ਨੇ, ਅਤੇ ਨਾਲ ਸਰਗੁਣ ਮਹਿਤਾ ਜੀ ਥੋੜ੍ਹੇ ਜਿਹੇ ਘਬਰਾਏ ਹੋਏ, ਟੈਂਸ। ਸ਼ਾਇਦ ਉਹ ਸੋਚ ਰਹੇ ਹੋਣਗੇ ਵੀ ਮੇਰਾ ਰੰਗ ਗੋਰਾ ਗਾ ਅਤੇ ਬੀਨੂ ਢਿੱਲੋਂ ਜੀ ਦਾ ਕਾਲਾ ਗਾ, ਸ਼ਾਇਦ ਕੁਛ ਵਿਆਹ ਦੀ ਗੱਲ ਹੋਵੇਗੀ ਜਾਂ ਕੁਛ, ਇਹ ਆਪਾਂ ਨੂੰ ਫਿਲਮ ਦੇਖ ਕੇ ਪਤਾ ਲੱਗੇਗਾ। ਬੀਨੂ ਢਿੱਲੋਂ ਜੀ ਨੇ ਫਿਲਮ ਦੇ ਵਿੱਚ ਇੱਕ ਪਿੰਕਰ ਜਰਾਬਾਂ ਪਾਈਆਂ ਹੋਈਆਂ ਨੇ, ਆਪਣੇ ਆਪ ਵਿੱਚ ਹੀ ਉਹ ਇੱਕ ਅਦਭੁਤ ਕਰੈਕਟਰ ਲੱਗਦਾ ਗਾ ਜਿਸ ਨੂੰ ਬੀਨੂ ਢਿੱਲੋਂ ਜੀ ਨੇ ਪੇਸ਼ ਕੀਤਾ ਹੈ ਫਿਲਮ ਦੇ ਵਿੱਚ, ਅਤੇ ਦੇਖੋ ਲੋਕਾਂ ਨੂੰ ਕਿਸ ਤਰ੍ਹਾਂ ਪਸੰਦ ਆਉਂਦਾ ਹੈ। ਬਾਕੀ ਪੋਸਟਰ ਦੇ ਵਿੱਚ ਜਾਂ ਕੀ ਕਹਿ ਰਹੇ ਨੇ ਉਹ ਫਿਲਮ ਦੇ ਵਿੱਚ ਦੇਖ ਕੇ ਹੀ ਪਤਾ ਲੱਗੇਗਾ। ਫਿਲਮ ਦੀ ਲੁੱਕ ਸੋਹਣੀ ਹੈ, ਦੇਖਦੇ ਹਾਂ ਤੁਹਾਨੂੰ ਕਿਵੇਂ ਲੱਗਦੀ ਹੈ ਅਤੇ ਫਿਲਮ ਕਿਵੇਂ ਲੱਗਦੀ ਹੈ। ਵੇਟ ਰਹੇਗੀ 14 ਫਰਵਰੀ ਦੀ। ਜੁੜੇ ਰਹੋ ਪੰਜਾਬੀ ਟੇਸ਼ਨ ਦੇ ਨਾਲ, ਸਬਸਕ੍ਰਾਈਬ ਕਰਨ ਬੋਲਣਾ ਸਾਡਾ ਯੂਟਿਊਬ ਚੈਨਲ, ਬੈੱਲ ਆਈਕਾਨ 'ਤੇ ਕਲਿੱਕ ਕਰੋ ਅਤੇ ਨੋਟੀਫਿਕੇਸ਼ਨ ਲਈ। ਧੰਨਵਾਦ, ਬਹੁਤ ਬਹੁਤ ਆਪ ਜੀ ਦਾ।